ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜਗਜੀਤ ਡੱਲੇਵਾਲ ਦੇ ਬਿਆਨ ਤੋਂ ਕਿਹਾ ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਦੁੱਦਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਸਮਾਗਮ ਕੀਤਾ ਗਿਆ ਜਿਸ ਦੌਰਾਨ ਜਥੇਬੰਦੀਆਂ ਦੇ ਜਥੇਬੰਦੀ ਦੇ ਪੰਜਾਬ ਪ੍ਰਧਾਨ ਜਗਜੀਤ ਡੱਲੇਵਾਲ ਪਹੁੰਚੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਦਰਸਾਉਂਦਾ ਹੈ ਕਿ ਹੁਣ ਸਰਕਾਰ ਇਕੱਠ ਤੋਂ ਡਰਨ ਲੱਗੀ ਹੈ ਤੋਮਰ ਦਾ ਬਿਆਨ ਹੈ ਕਿ ਇਕੱਠ ਦੇ ਨਾਲ ਕਾਨੂੰਨ ਵਾਪਸ ਨਹੀਂ ਹੋਣ ਦੇ ਡਰ ਤੋਂ ਹੀ ਪੈਦਾ ਹੋਇਆ ਬਿਆਨ ਹੈ ਡੱਲੇਵਾਲ ਨੇ ਕਿਹਾ ਸਾਡੀ ਲੜਾਈ ਨੀਤੀਆਂ ਦੇ ਵਿਰੁੱਧਾ ਇਸੇ ਲਈ ਸੰਘਰਸ਼ ਲੰਮਾ ਚੱਲ ਰਿਹਾ ਹੈ ਸੰਘਰਸ਼ ਪਾਵੇ ਲੰਮਾ ਚੱਲੇਗਾ ਪਰ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣਗੇ ਲੱਖਾ ਸਦਾਨਾ ਦੇ ਮਾਮਲੇ ਵਿੱਚ ਡੱਲੇਵਾਲ ਨੇ ਕਿਹਾ ਕਿ ਲੱਖਾ ਸਾਡਾ ਬੱਚਾ ਹੈ ਮਹਾਰਾਜ ਦੇ ਵਿੱਚ ਜੋ ਵੀ ਪ੍ਰੋਗਰਾਮ ਹੋਇਆ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਵਿਰੁੱਧ ਕੋਈ ਗੱਲ ਨਹੀਂ ਹੋਈ ਦੀਪ ਸੁੱਧੂ ਦੇ ਮਾਮਲੇ ਵਿੱਚ ਉਹ ਬੋਲੇ ਨੇ ਕਿ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਵਿੱਡੇ ਸੰਘਰਸ਼ ਦਾ ਹਿੱਸਾ ਨਹੀਂ ਸੀ ਢੱਲੇਵਾਲ ਨੇ ਕਿਹਾ ਕਿ ਸਾਡਾ ਮਕਸਦ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਤੇ ਉਹ ਕਰਵਾ ਕੇ ਰਹਾਗੇ ਟਾਈਮ ਅਗ ਮੈਗਜ਼ੀਨ ਦੇ ਕਵਰ ਪੇਜ ਤੇ ਸ਼ਾਇਆ ਕਿਸਾਨ ਅੰਦੋਲਨ ਟੈਗਲਾਈਨ ਦੇ ਵਿੱਚ ਲਿਖਿਆ ਮੈਨੂੰ ਡਰਾਇਆ ਤੇ ਖਰੀਦਿਆ ਨਹੀਂ ਜਾ ਸਕਦਾ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਹੁਣ ਅੰਤਰਰਾਸ਼ਟਰੀ ਸੁਰਖੀਆਂ ਵੀ ਮਿਲ ਰਹੀਆਂ ਨੇ ਹੁਣ ਭਾਰਤ ਦੇ ਨਾਲ-ਨਾਲ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਸਮਰਥਨ ਮਿਲ ਰਿਹਾ ਹੈ ਵਿਦੇਸ਼ਾਂ ਤੋਂ ਕਲਾਕਾਰ ਖਿਡਾਰੀ ਮੰਤਰੀਆਂ ਦੇ ਵੱਲੋਂ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਇਸੇ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਵੀ ਕਿਸਾਨ ਅੰਦੋਲਨ ਦੇ ਸਮਰਥਨ ਨੂੰ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਕਿਸਾਨਾਂ ਦੀ ਬੁਲੰਦ ਕਰ ਰਹੇ ਹਨ ਇਸੇ ਦੇ ਇਸ ਦੇ ਵਿਚਾਰ ਹੁਣ ਟਾਈਮ ਮੈਗਜ਼ੀਨ ਨੇ ਆਪਣੇ ਕਵਰ ਪੇਜ ਤੇ ਉਹਨਾਂ ਪ੍ਰਮੁੱਖ ਔਰਤਾਂ ਨੂੰ ਸਮਰਪਿਤ ਕੀਤਾ ਜੋ ਭਾਰਤ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ 100 ਦਿਨਾਂ ਤੋਂ ਚੱਲ ਰਹੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੀਆਂ ਹਨ ਟਾਈਮ ਮੈਗਜ਼ੀਨ ਤੇ ਆਪਣੇ ਅੰਤਰਰਾਸ਼ਟਰੀ ਕਵਰ ਭਾਰਤ ਦੀਆਂ ਔਰਤਾਂ ਨੂੰ ਸਮਰਪਿਤ ਕੀਤਾ ਜੋ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ ਤੇ 3 ਮਹੀਨਿਆਂ ਤੋਂ 3 ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਹੀਆਂ ਹਨ ਟਾਈਮ ਮੈਗਜ਼ੀਨ ਦੇ ਨਵੇਂ ਅੰਤਰਰਾਸ਼ਟਰੀ ਕਵਰ ਤੇ ਇੱਕ ਟੈਗਲਾਈਨ ਵੀ ਜਿਸ ਤੇ ਵਿੱਚ ਲਿਖਿਆ ਕਿ ਮੈਨੂੰ ਡਰਾਇਆ ਤਮਕਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖਰੀਦਿਆ ਵੀ ਨਹੀਂ ਜਾ ਸਕਦਾ ਸੋ ਕਿਸਾਨ ਅੰਦੋਲਨ ਦੇ ਨਾਲ ਸ਼ਾਮਲ ਕੁਝ ਮਹਿਲਾ ਕਿਸਾਨਾਂ ਦੀਆਂ ਤਸਵੀਰਾਂ ਵੀ ਹਨ ਜਿਸ ਦੇ ਨਾਲ ਕੁਝ ਛੋਟੇ ਬੱਚੇ ਵੀ ਦਿਖਾਈ ਦੇ ਰਹੀਆਂ ਹਨ ਤੇ ਔਰਤਾਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੀਆਂ ਦਿਖਾਈਆਂ ਗਈਆਂ ਹਨ ਕਿਸਾਨ ਅੰਦੋਲਨ ਦੇ ਸਮਰਥਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਕੇਂਦਰ ਸਰਕਾਰ ਕਿਸਾਨ ਅਗੂਸੋ ਵੱਡਾ ਬਿਆਨ ਕਿਸਾਨ ਅਗਵਾਂ ਦਾ ਆਇਆ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਅਤੇ ਦਿੱਲੀ ਦੇ ਵਿੱਚ ਚੱਲਦੇ ਕਿਸਾਨ ਮੋਰਚਿਆਂ 'ਚ 8 ਮਾਰਚ ਨੂੰ ਕੁਮਾਂਤਰੀ ਔਰਤ ਦਿਵਸ ਮੌਕੇ ਕਿਸਾਨ ਔਰਤਾਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨਗੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਡਾ ਦੇ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਹੈ ਕਿ ਪਿੰਡਾਂ 'ਚ ਨੁੱਕੜ ਮੀਟਿੰਗਾਂ ਰਾਹੀਂ ਔਰਤ ਆਗੂਆਂ ਵੱਲੋਂ ਇਸ ਦਿਨ ਦੇ ਇਤਿਹਾਸਿਕ ਮਹੱਤਵ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਦਿੱਲੀ ਮੋਰਚਿਆਂ ਤੋਂ ਪੰਜਾਬ ਪਰਦੇ ਵਿੱਚ ਕਰੀਬ 68 ਟੋਲ ਪਲਾਜੇ ਰੇਲਵੇ ਪਾਰਕਾਂ ਤੇ ਚੱਲਦੇ ਪੱਕੇ ਤਰਨਿਆਂ ਦੇ ਉੱਪਰ 8 ਮਾਰਚ ਨੂੰ ਮਨਾਏ ਜਾਣ ਵਾਲੇ ਕਮਾਂਤਰੀ ਔਰਤ ਦਿਵਸ ਤੇ ਮੌਕੇ ਔਰਤਾਂ ਦੀ ਗਿਣਤੀ ਇਤਿਹਾਸਕ ਹੋਵੇਗੀ ਜਿਸ ਚੋਂ ਕਿਸਾਨ ਔਰਤਾਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਨਗੀਆਂ ਜਗਮੋਹਨ ਪਟਿਆਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੇ ਪੱਤੀ ਬੇਰੁਖੀ ਧਾਰੀ ਹੋਈ ਹੈ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਧਾਉਣ ਦੇ ਲਈ ਬਣਾਈ ਨਵੀਂ ਯੋਜਨਾ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਫਾਰ ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਸੰਗੀ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਵੱਖਰਾ ਹੋਟਲ ਕੁਆਰੰਟਾਈਨ ਸਿਸਟਮ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ ਸਮਾਚਾਰ ਏਜੰਸੀ ਸਿਨ ਹੂਆ ਦੀ ਰਿਪੋਰਟ ਦੇ ਮੁਤਾਬਕ ਆਈ ਈ ਏ ਨੇ ਇੱਕ ਬਿਆਨ ਜਾਰੀ ਕਰਦਿਆ ਕਿ ਵਾਇਰਸ ਲਾਗ ਦੀ ਬਿਮਾਰੀ ਕਰਨ ਪ੍ਰਭਾਵਿਤ ਹੋ ਚੁੱਕੇ ਆਕਰਸ਼ਕ ਅੰਤਰਰਾਸ਼ਟਰੀ ਸਿੱਖਿਆ ਵਿਭਾਗ ਨੂੰ ਮੋੜ ਚਾਲੂ ਕਰਨ ਦੇ ਲਈ ਹਰ ਸੰਭਵ ਯਤਨ ਕਰੇਗੀ ਸੋ ਪੂਰੀ ਡਿਟੇਲ ਦੇ ਨਾਲ ਵੀਡੀਓ ਆ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਚੈਨਲ ਤੇ ਪਾਈ ਹੋਈ ਆ ਤੁਸੀਂ ਚੈਨਲ ਤੇ ਵੀਡੀਓਜ਼ ਦੇ ਵਿੱਚ ਜਾ ਕੇ ਆ ਖਬਰਾਂ ਸੁਣਨ ਤੋਂ ਬਾਅਦ ਦੇਖ ਸਕਦੇ ਹੋ 골ਡਨ ਗੇਟ ਨਿਊ ਅਮਰਤਸਰ ਤੋਂ ਕਿਸਾਨ ਮਜ਼ਦੂਰ ਦਾ ਜਥਾ ਦਿੱਲੀ ਦੇ ਲਈ ਰਵਾਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਗਵਾਹੀ ਵਿੱਚ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇੱਕ ਵੱਡਾ ਜਥਾ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇੜ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ 골ਡਨ ਗੇਟ ਨਿਊ ਅਮਰਤਸਰ ਤੋਂ ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਚੱਲ ਰਹੇ ਮੋਰਚੇ ਲਈ ਰਵਾਨਾ ਹੋਇਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸ਼ਰਾਬ ਫੈਕਟਰੀ ਲਾਉਣ ਦਾ ਲਾਇਸੈਂਸ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦਿੱਤਾ ਗਿਆ ਸੀ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਨਸਨੀਖੇਜ ਖੁਲਾਸਾ ਕਰਦਿਆਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹੀਰਾਵਾਲੀ ਦੇ ਵਿਖੇ ਜਿਸ ਸ਼ਰਾਬ ਫੈਕਟਰੀ ਦਾ ਵਿਰੋਧ ਇਲਾਕੇ ਦੇ ਲੋਕ ਕਰ ਰਹੇ ਹਨ ਉਸ ਵਿੱਚ ਮੁੱਦੇ ਤੇ ਅਕਾਲੀ ਦਲ ਦੇ ਭਾਜਪਾ ਸਿਆਸੀਆਂ ਰੋਟੀਆਂ ਸੇਕ ਰਹੇ ਹਨ ਉਕਤ ਅਸਲ ਦੇ ਵਿੱਚ ਉਕਤ ਫੈਕਟਰੀ ਦਾ ਲਾਇਸੈਂਸ ਕਿਸੇ ਹੋਰ ਨੇ ਨਹੀਂ ਸਕੋ ਇੱਕ ਅਕਾਲੀ ਦਲ ਦੇ ਸਮੇਂ ਭਾਜਪਾ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਸਰਕਾਰ ਵਿੱਚ 28 ਅਗਸਤ 2015 ਨੂੰ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਲਾਇਸੈਂਸ ਜਾਰੀ ਕਰਨ ਦੇ ਸਮੇਂ ਆਪਕਾਰੀ ਵਿਭਾਗ ਵਿੱਚ ਮੰਤਰੀ ਸੁਖਬੀਰ ਬਾਦਲ ਖੁਦ ਸਨ ਤੇ ਵਿਧਾਇਕ ਦਵਿੰਦਰ ਕੁਬਾਇਆ ਤੇ ਹੀਰਾਂਵਾਲੀ ਦੇ ਆਸ-ਪਾਸ ਪਿੰਡਾਂ ਦੇ ਲੋਕ ਸਮੇਤ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਹੈ ਕਿ ਇੱਕ ਵਾਰ ਫਿਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਦੂਰਾ ਕਿਰਦਾਰ ਬੇਨਕਾਬ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਕਾਮਯਾਬ ਅਤੇ ਖੁਸ਼ਹਾਲ ਪੰਜਾਬ ਦੇ ਵਾਅਦੇ ਨਾਲ ਭਵਿੱਖੀ ਏਜੰਡੇ ਦੇ ਪੜ ਬੰਨੇ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਸਿਰ ਤੋੜ ਕੋਸ਼ਿਸ਼ਾਂ ਕਰਨ ਦਾ ਵਾਅਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਸੂਬਾ ਵਾਸੀ ਝੂਠੇ ਵਾਅਦਿਆਂ ਤੇ ਸਬਜ ਗਾਜ ਦਿਖਾਉਣ ਵਾਲੇ ਪੰਜਾਬ ਅਤੇ ਪੰਜਾਬੀਅਤ ਤੇ ਕੋਰੇ ਅਣਜਾਣ ਕੁਝ ਆਗਮਾਂ ਦੇ ਚਾਂਸੇ ਵਿੱਚ ਨਹੀਂ ਹੋਣਗੇ ਪਰ ਇਸ ਦੇ ਨਾਲ ਹੀ ਉਹਨਾਂ ਦੀ ਪਾਰਦਰਸ਼ਤਾ ਤੇ ਜ਼ਿੰਮੇਵਾਰੀ ਵਾਲੀ ਸਰਕਾਰ ਦੇ ਵਿੱਚ ਵਿਸ਼ਵਾਸ ਕਾਇਮ ਰੱਖਣ ਦੇ ਲਈ ਵੀ ਕਿਹਾ ਹੈ ਸਰਹੰਦ ਏਟੀਐਮ ਨੂੰ ਗੱਡੀ ਦੇ ਵਿੱਚ ਲੈ ਕੇ ਫਰਾਰ ਹੋਏ ਲੁਟੇਰੇ ਮਸ਼ੀਨ ਦੇ ਵਿੱਚ ਸਨ 22 ਲੱਖ 88000 ਰੁਪਏ ਲੁਟੇਰਿਆਂ ਨੇ ਏਟੀਐਮ ਮਸ਼ੀਨ ਨੂੰ ਰੱਸੀ ਦੇ ਨਾਲ ਬੰਨ ਕੇ ਗੱਡੀ ਦੇ ਬਾਹਰ ਗੱਡੀ ਨਾਲ ਬਾਹਰ ਕੱਢ ਲਿਆ ਤੇ ਕਾਰ ਦੇ ਵਿੱਚ ਪਾ ਕੇ ਫਰਾਰ ਹੋ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਏਟੀਐਮ ਮਸ਼ੀਨ ਲੱਗੀ ਸੀ ਉਥੋਂ ਮਹਿਜ 300 ਮੀਟਰ ਦੀ ਦੂਰੀ ਉੱਤੇ ਪੁਲਿਸ ਚੌਂਕੀ ਸੀ ਪੁਲਿਸ ਨੇ ਮਾਮਲੇ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ 8 ਮਾਰਚ ਨੂੰ ਕਰੇਗੀ ਰੋਸ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ 8 ਮਾਰਚ ਨੂੰ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਨ ਦੇ ਦਿਨ ਰਾਜ ਦੇ ਸਾਰੇ ਹਲਕਿਆਂ ਦੇ ਵਿੱਚ ਧਰਨੇ ਦਾ ਆਯੋਜਨ ਕਰੇਗੀ ਜਿਸ ਵਿੱਚ ਕਾਂਗਰਸ ਸਰਕਾਰ ਦੁਆਰਾ ਕੀਤੇ ਗਏ ਸਾਰੇ ਮੁੱਦਿਆਂ ਤੇ ਸਪਸ਼ਟੀਕਰਨ ਦੀ ਮੰਗ ਕੀਤੀ ਜਾਵੇਗੀ ਧਰਨਾ ਪੰਜਾਬ ਮੰਗ ਦਾ ਹਿਸਾਬ ਦੇ ਬੈਨਰ ਹੇਟਾ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਕਾਂਗਰਸ ਸਰਕਾਰ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਧੋਖਾ ਕਰਨ ਦੇ ਲਈ ਬੇਨਕਾਬ ਕੀਤਾ ਜਾਵੇਗਾ ਜਲੰਧਰ ਜ਼ਿਲ੍ਹੇ ਦੇ ਵਿੱਚ ਕੋਰੋਨਾ ਦਾ ਕਹਿਰ 2 ਸਾਲ ਦੀ ਬੱਚੀ ਸਮੇਤ 177 ਰਿਪੋਰਟਾਂ ਆਈਆਂ ਪੋਜ਼ੀਟਿਵ 6 ਮਹੀਨਾ ਦੇ ਵਕਫੇ ਤੋਂ ਬਾਅਦ ਜ਼ਿਲ੍ਹੇ ਜਲੰਧਰ ਵਿੱਚ ਇੱਕ ਵਾਰ ਫਿਰ कोरोना ਦਾ ਵੱਡਾ ਬਲਾਸਟ ਹੋਇਆ ਅੱਜ ਆਏ ਪੋਜ਼ਿਟਿਵ ਕੇਸਾਂ ਦੇ ਵਿੱਚ 2 ਸਾਲ ਦੀ ਬੱਚੀ ਸਮੇਤ 177 ਦੀ ਰਿਪੋਰਟ ਪੋਜ਼ਿਟਿਵ ਆਈ ਹੈ ਜਦਕਿ ਤਿੰਨ ਮਰੀਜ਼ਾਂ ਦੀ করোনা ਕਾਰਨ ਮੌਤ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਸਬੰਧ ਵਿੱਚ ਦੇਸ਼ ਨੂੰ ਪੁੱਛੇ 10 ਸਵਾਲ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਪੁੱਛਦੇ ਹਨ ਕਿ ਕਿਸਾਨ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਕਿਉਂ ਪ੍ਰਦਰਸ਼ਨ ਕਰਦੇ ਹਨ ਉਹਨਾਂ ਨੂੰ ਮੇਰੇ ਪਹਿਲਾਂ ਇਹਨਾਂ 10 ਵਾਲਾਂ ਦਾ ਜਵਾਬ ਦੇਣਾ ਹੋਵੇਗਾ। ਸਵਾਲ ਪਹਿਲਾ ਇਸ ਤਰ੍ਹਾਂ ਹੈ ਜੀ ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਅਨਿਯਮਤ ਪ੍ਰਾਈਵੇਟ ਮੰਡੀਆਂ ਦਾ ਲਾਭ ਕਿਸ ਨੂੰ ਹੋਵੇਗਾ ਦੂਜੇ ਵਿੱਚ ਕਿਹਾ ਜੀ ਪ੍ਰਾਈਵੇਟ ਮੰਡੀਆਂ ਵਿੱਚ 100% ਦੀ ਮੰਡੀ ਫੀਸਾਂ ਤੇ ਸੈਸ ਟੈਕਸ ਮਾਫ ਤੋਂ ਕਿਸ ਨੂੰ ਲਾਭ ਹੋਵੇਗਾ ਪ੍ਰਾਈਵੇਟ ਮੰਡੀਆਂ ਵਿੱਚ ਕਿਸਾਨਾਂ ਨੂੰ ਐਮਐਸਪੀ ਦੇਣ ਤੋਂ ਸਰਕਾਰੀ ਅਫਸਰਾਂ ਨੂੰ ਰੋਕਣ ਨਾਲ ਕਿਹਨਾਂ ਨੂੰ ਲਾਭ ਹੋਵੇਗਾ ਆੜਤੀਆਂ ਨੂੰ ਖਤਮ ਕਰ ਦੇਣ ਨਾਲ ਕਿਸ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦਾ ਕੰਮ ਕਾਨੂੰਨ ਮੁਤਾਬਕ ਸਰਕਾਰ ਦੇ ਵੱਲੋਂ ਨਿਰਧਾਰਤ ਰੇਟਾਂ ਉੱਤੇ ਅਨਾਜ ਦੀ ਸਫਾਈ ਬੈਗਾਂ ਨੂੰ ਉਤਾਰਨਾ ਲੋਡ ਕਰਨਾ ਤੇ ਬੈਗਾਂ ਦੀ ਸिलाई ਕਰਨਾ ਹੈ ਉਹਨਾਂ ਨੇ ਕਿਹਾ ਕਿ ਕਿਸ ਦਾ ਫਾਇਦਾ ਹੋਵੇਗਾ ਜਦੋਂ ਮੰਡੀ ਦਾ ਫੀਸਾਂ ਖਰੀਦਦਾਰਾਂ ਤੋਂ ਲੈਣ ਦੀ ਬਜਾਏ ਕਿਸਾਨਾਂ ਤੋਂ ਵਸੂਲਿਆ ਜਾਵੇਗਾ ਉਹਨਾਂ ਨੇ ਕਿਹਾ ਜੀ ਕਿਸ ਦਾ ਲਾਭ ਹੋਵੇਗਾ ਜਦੋਂ ਨਿੱਜੀ ਮੰਡੀਆਂ ਨੂੰ ਮੰਡੀ ਦੇ ਵਿੱਚ ਕੀਤੀ ਗਈ ਕਿਸੇ ਗਤੀ ਵਿਧੀ ਦੀਆਂ ਸੇਵਾਵਾਂ ਦੀ ਕੀਮਤ ਤੈਅ ਕਰਨ ਦੇ ਲਈ ਆਜ਼ਾਦੀ ਦਿੱਤੀ ਜਾਂਦੀ ਹੈ ਇਸੇ ਕਰ ਤਰ੍ਹਾਂ ਉਹਨਾਂ ਨੇ 10 ਸਵਾਲ ਦੋਸਤੋਂ ਪੁੱਛੇ ਹਨ ਫੇਸਬੁੱਕ ਦਾ ਵੱਡਾ ਫੈਸਲਾ ਸਿਆਸੀ ਵਿਗਿਆਪਨਾਂ ਤੇ ਲੱਗੀ ਪਾਬੰਦੀ ਨੂੰ ਲੈ ਕੇ ਫਿਰ ਬਦਲਿਆ ਆਪਣਾ ਸਟੈਂਡ ਫੇਸਬੁੱਕ ਨੇ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਉਸਨੇ ਰਾਜਨੀਤਿਕ ਇਸ਼ਤਿਹਾਰਾਂ ਤੇ ਲੱਗੀ ਪਾਬੰਦੀ ਨੂੰ ਅਸਥਾਈ ਤੌਰ ਤੇ ਹਟਾ ਦਿੱਤਾ ਹੈ ਫੇਸਬੁੱਕ ਦੇ ਅਨੁਸਾਰ ਇਸ ਦਾ ਪ੍ਰਣਾਲੀ ਰਾਜਨੀਤਿਕ ਚੋਣਾਂ ਜਾਂ ਸਮਾਜਿਕ ਇਸ਼ਤਿਹਾਰਾਂ ਵਿੱਚ ਕੋਈ ਫਰਕ ਨਹੀਂ ਵੇਖਦੀ ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਨੀ ਬਦਲਾਅ ਲਈ ਆਪਣੇ ਐਡ ਸਿਸਟਮ ਦੀ ਸਮੀਖਿਆ ਕਰੇਗੀ Google ਨੇ ਪਿਛਲੇ ਹਫਤੇ ਰਾਜਨੀਤਿਕ ਅਤੇ ਚੋਣਵੀਂ ਇਸ਼ਤਿਹਾਰਾਂ ਤੋਂ ਪਾਬੰਦੀ ਹਟਾ ਦਿੱਤੀ ਸੀ ਜ਼ਿਕਰਯੋਗ ਹੈ ਕਿ ਸੰਯੁਕਤ ਰਾਜ ਵਿੱਚ 3 ਨਵੰਬਰ ਨੂੰ ਹੋਈਆਂ ਚੋਣਾਂ ਦਾ ਗਲਤ ਜਾਣਕਾਰੀ ਅਤੇ 2 ਵਰਤੋਂ ਤੋਂ ਬਾਅਦ ਕੰਪਨੀ ਨੇ ਰਾਜਨੀਤਿਕ ਅਤੇ ਚੋਣ ਇਸ਼ਤਿਹਾਰਬਾਜ਼ੀ ਤੇ ਪਾਬੰਦੀ ਲਾਈ ਸੀ ਪੰਜਾਬ ਚ ਗੈਰ ਕਾਨੂੰਨੀ ਖਨਣ ਦੇ ਖਾਤਮੇ ਲਈ ਕੈਪਟਨ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਖਨਣ ਦੇ ਲਾਹਨਤ ਦੇ ਮੁਕੰਮਲ ਖਾਤਮੇ ਦੀ ਪ੍ਰਕਿਰਿਆ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਖਨਣ ਸੰਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਕਮਾਂਡ ਦੇ ਹੇਠਾਂ ਵਾਧੂ ਪੁਰਸ਼ ਬਲ ਫੋਰਸ ਦੇ ਨਾਲ ਇਨਫੋਰਮੈਂਸ ਡਾਇਰੈਕਟੋਰੇਟ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ ਅਗਲੀ ਵੱਡੀ ਖਬਰ ਆ ਰਹੀ ਹੈ ਜੀ VOTER ਸੂਚੀ ਚ ਹਰਜਨ ਵਰਗੇ ਗੈਰ ਸੰਵਿਧਾਨਿਕ ਅਤੇ અપਮਾਨਜਨਕ ਸ਼ਬਦ ਹਟਾਉਣ ਦੇ ਸਬੰਧੀ ਲਿਆ ਗਿਆ ਫੈਸਲਾ VOTER ਸੂਚੀ ਦੇ ਵਿੱਚ ਹਰੀਜਨ ਅਤੇ ਗਰੀਜਨ ਵਰਗੇ ਗੈਰ ਸੰਵਿਧਾਨਿਕ ਅਤੇ અપਮਾਨਜਨਕ ਸ਼ਬਦ ਵਰਤੇ ਜਾਣ ਸੰਬੰਧੀ VOTERਾਂ ਤੋਂ ਮਿਲੀਆਂ ਸ਼ਿਕਾਇਤਾਂ ਤੇ ਗੰਭੀਰ ਨੋਟਿਸ ਨੂੰ ਲੈਂਦਿਆਂ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨੇ ਸਾਰੇ 22 ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਤੇ 117 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਨੂੰ ਇਹਨਾਂ ਸ਼ਬਦਾਂ ਨੂੰ ਹਟਾਉਣ ਦੇ ਸਬੰਧੀ ਵਿਸ਼ੇਸ਼ ਸੋਧ ਕਰਨ ਦੇ ਨਿਰਦੇਸ਼ ਦਿੱਤੇ ਹਨ ਡਾਕਟਰ ਰਾਜੂ ਨੇ ਕਿਹਾ ਕਿ ਇਹ ਮਾਮਲਾ ਮੁੱਖ ਸਕੱਤਰ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕਰਨ ਦੇ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਵੀ ਨਿਰਦੇਸ਼ ਦਿੱਤੇ ਗਏ ਕੇਐਮਪੀ ਹਾਈਵੇ ਜਾਮ ਕਰਨ ਦੀ ਹਮਾਇਤ ਚ ਗੁਰੂ ਹਰਸਾਹਿਬ ਚ ਕੱਢਿਆ ਗਿਆ ਮੋਟਰਸਾਈਕਲ ਰੋਸ ਮਾਰਚ ਦਿੱਲੀ ਦੇ ਵਿੱਚ ਕੇਐਮਪੀ ਹਾਈਵੇ ਜਾਮ ਕਰਨ ਦੀ ਹਮਾਇਤ ਕਰਦਿਆਂ ਹੋਇਆ ਗੁਰੂ ਹਰਸਾਏ ਦੇ ਵਿੱਚ ਬੀਕੇਯੂ ਟਕੌਂਡਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਬੀਕੇਯੂ ਟਕੌਂਡਾ ਬੀਕੇਯੂ ਸਿੱਧੂਪੁਰ ਦੇ ਵੱਲੋਂ ਗੁਰੂ ਹਰਸਾਏ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਮੋਟਰਸਾਈਕਲਾਂ ਦੇ ਉੱਪਰ ਕਾਲੀਆਂ ਚੰਡੀਆਂ ਲਾ ਕੇ ਕੱਢੇ ਗਏ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਅਤੇ ਇਹ ਰੋਸ ਮਾਰਚ ਰੱਤੇਵਾਲਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਵਿੱਚੋਂ ਹੁੰਦਾ ਹੋਇਆ ਅੱਗੇ ਗਿਆ ਪੰਜਾਬ ਬਣਿਆ ਦੇਸ਼ ਦਾ ਕਰੋਨਾ ਹੌਟਸਪੌਟ ਪੰਜ ਜ਼ਿਲ੍ਹਿਆਂ ਦੇ ਵਿੱਚ 100 ਤੋਂ ਵੱਧ ਮਾਮਲੇ ਰਾਜ ਦੇ ਵਿੱਚ ਵੀਰਵਾਰ ਨੂੰ 1071 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਹਨ ਜੋ ਨਵੰਬਰ 2020 ਤੋਂ ਬਾਅਦ ਸਭ ਤੋਂ ਵੱਧ ਹਨ ਪੰਜਾਬ ਦੇ ਵਿੱਚ ਰੋਜ਼ਾਨਾ ਸਰਗਰਮ ਮਾਮਲਿਆਂ ਦੇ ਵਿੱਚ 671 ਦਾ ਵਾਧਾ ਹੋਇਆ ਜਦੋਂ ਕਿ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ 15 ਦਾ ਵਾਧਾ ਹੋਇਆ ਹੈ ਅਬੋਰ ਐਮਸੀ ਵੱਲੋਂ ਪਲਾਸਟਿਕ ਦੀਆਂ ਬੋਤਲਾਂ ਵਾਲੇ ਪਦਾਰਥਾਂ ਤੇ 13 ਮਾਰਚ ਤੱਕ ਲਾ ਸਕਦੀ ਆ ਪਾਬੰਦੀ ਸੌਫਟ ਡਰਿੰਕ ਅਤੇ ਜੂਸ ਦੇ ਸਮੇਤ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਦਾਰਥਾਂ ਦੀ ਵਿਕਰੀ ਤੇ ਅਬੂਰ ਸ਼ਹਿਰ ਦੀ ਹੱਦ ਵਿੱਚ 13 ਮਾਰਚ ਤੱਕ ਪਾਬੰਦੀ ਲਾਈ ਜਾ ਸਕਦੀ ਹੈ ਕਿਉਂਕਿ ਨਿਰਮਾਤਾ ਸਥਾਨਕ ਸੰਗਠਨ ਦੁਆਰਾ ਨੋਟੀਫਾਈਡ ਐਸਟੇਟਿਡ ਪ੍ਰੋਡਿਊਸਰ ਰਿਸਪੌਂਸਿਬਿਲਟੀ ਦੇ ਹਰੇ ਨਿਯਮ ਦੀ ਪਾਲਣਾ ਕਰਨ ਵਿੱਚ ਆ ਸਫਲ ਰਹੇ ਹਨ ਵਾਤਾਵਰਣ ਜੰਗਲਾਤ ਅਤੇ ਵਾਯੂ ਮੰਡਲ ਤਬਦੀਲੀ ਮੰਤਰਾਲੇ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਸ 2016 ਦੇ ਅਨੁਸਾਰ ਪਲਾਸਟਿਕ ਵੇਸਟ ਜਨਰੇਟ ਸਥਾਨਕ ਸੰਸਥਾਵਾਂ ਨੂੰ ਪਲਾਸਟਿਕ ਦੀ ਯੂਜ਼ਰ ਫੀਸ ਦੇਨ ਦੇ ਲਈ ਜ਼ਿੰਮੇਵਾਰ ਅਬੋਰ ਪੰਜਾਬ ਦੀ ਪਹਿਲੀ ਸਥਾਨਕ ਸੰਸਥਾ ਬਣ ਗਈ ਜਿਸ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਪਲਾਸਟਿਕ ਦੇ ਕੂੜੇਦਾਨਾਂ ਨੂੰ ਵੱਖ-ਵੱਖਰੇ ਕਰਨ ਦੇ ਨਿਪਟਾਰੇ ਦੇ ਲਈ ਮੁਆਵਜ਼ਾ ਵਸੂਲਣ ਦੀ ਇੱਕ ਜਿਮਨੀ ਤੈਅ ਕੀਤੀ ਸੀ। ਕਿਸਾਨ ਅੰਦੋਲਨ ਦਾ 100ਵਾਂ ਦਿਨ ਕੇਐਮਪੀ ਐਕਸਪ੍ਰੈਸ ਵੇ ਤੇ 5 ਘੰਟੇ ਦੀ ਨਾਕੇਬੰਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ 100ਵੇਂ ਦਿਨ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਸ਼ਨੀਵਾਰ ਨੂੰ ਕਿਸਾਨਾਂ ਨੇ ਕਐਮਪੀ ਐਕਸਪ੍ਰੈਸ ਵੇ ਤੇ 5 ਘੰਟਾ ਦੀ ਨਾਕਾਬੰਦੀ ਕਰਨ ਦਾ ਐਲਾਨ ਕੀਤਾ ਸੰਜੁਕਤ ਕਿਸਾਨ ਮੋਰਚੇ ਨੇ ਕਐਮਪੀ ਵੀ ਦੇ ਸਾਰੇ ਰਸਤੇ ਬੰਦ ਕਰਨ ਦਾ ਐਲਾਨ ਕੀਤਾ ਕਿਸਾਨ ਦਸਾਨਾ ਪੈਰੀਫੇਲਡਰ ਕਟ ਨੂੰ ਜਾਮ ਕਰਨਗੇ ਇਸ ਦੇ ਨਾਲ ਹੀ ਸੰਜੀਵ ਬਲਿਆਨ ਮੁਜਫਰਗਰ ਨਗਰ ਦੇ ਵਿੱਚ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਇੱਕ ਮਹਾ ਪੰਚਾਇਤ ਕਰਨਗੇ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ 11 ਗ੍ਰਿਫਤਾਰ ਸਮੇਤ ਕੁਝ ਫਰਾਰ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਕਸਬੇ ਅਜਨਾਲਾ ਦੇ ਵਿੱਚ ਪਿੰਡ ਲੱਖੂ ਵਾਲਾ ਵਿੱਚ ਪੁਲਿਸ ਨੇ ਛਾਪੇ ਮਾਰਿਆ ਤੇ ਇਸ ਦੇ ਵਿੱਚ ਇੱਕ ਨਜਾਇਜ਼ ਫੈਕਟਰੀ ਤੇ ਛਾਪੇ ਮਾਰਿਆ ਗਿਆ ਪੁਲਿਸ ਨੇ ਦੋ ਔਰਤਾਂ ਦੇ ਸਣੇ 11 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਦਕਿ ਚਾਰ ਮੁਲਾਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਫਿਰ ਬਦਲੇਗਾ ਮੌਸਮ ਦਾ ਮਜਾਜ ਮੋੜ ਨਿਕਲਣਗੇ ਕੋਟੀਆਂ ਸਵੈਟਰਸ ਉਹ ਵੱਡੀ ਖਬਰ ਆ ਰਹੀ ਹੈ ਜੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਵਿੱਚ ਝਾਫਾ ਹੋ ਰਿਹਾ ਉੱਤੇ ਹੀ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਅਗਲੇ 3 ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ ਪੂਰੀ ਡਿਟੇਲ ਨਾਲ ਵੀਡੀਓ ਚੈਨਲ ਤੇ ਪਾਈ ਹੋਈ ਹੈ ਚੈੱਕ ਤੁਸੀਂ ਕਰ ਸਕਦੇ ਹੋ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ ਪੰਜਾਬ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ ਮੇਜਰ ਦੀ ਮੌਤ ਜਿਹੜੀ ਦਿਲ ਦਾ ਦੌਰਾ ਪੈਣ ਕਰਨ ਹੋਈ ਉਹ 68 ਸਾਲ ਦੇ ਸਨ ਤੇ ਪੰਜਾਬ ਪ੍ਰੈਸ ਕਲੱਬ ਦੇ ਮਜੂਦਾ ਜਨਰਲ ਸਕੱਤਰ ਸਨ ਇਸ ਤੋਂ ਪਹਿਲਾਂ ਉਹ ਪ੍ਰਧਾਨ ਵੀ ਰਹਿ ਚੁੱਕੇ ਹਨ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰਾਂ ਨੂੰ ਛੱਡ ਗਏ ਹਨ ਮਨੀਲਾ ਤੋਂ ਪਰਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਪੰਜਾਬ ਦੇ ਵਿੱਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੇ ਇੱਕ ਹੋਰ ਨੌਜਵਾਨ ਨੂੰ ਆਪਣਾ ਨਿਗਲ ਲਿਆ ਤੇ ਬੀਤੀ 3 ਮਾਰਚ ਨੂੰ ਕਰੀਬ 3 ਸਾਲ ਬਾਅਦ ਮਨੀਲਾ ਤੋਂ ਘਰ ਪਰਤਿਆ ਸੀਤੇ ਮਰਤਕ ਮਾਤਾ ਕਰਮਜੀਤ ਕੌਰ ਪਤਨੀ ਲਖਵੀਰ ਸਿੰਘ ਵਾਚੀ ਕੋਛੜਪੱਤੀ ਨੇ ਦੱਸਿਆ ਕਿ ਅੱਜ ਦੁਪਹਿਰੇ 12 ਵਜੇ ਵਿਦੇਸ਼ ਤੋਂ ਪਰਤੇ ਇੱਕ ਲਾਉਤੇ ਪੁੱਤਰ ਨੂੰ ਕੁਝ ਲੜਕੇ ਘਰੋਂ ਸੱਦ ਕੇ ਲੈ ਗਏ ਤੇ ਦੁਪਹਿਰ 2:30 ਵਜੇ ਉਸ ਨੂੰ ਲਾਹੌਮ ਨਾਗੀ ਹਸਪਤਾਲ ਦੇ ਪਿੱਛੇ ਸਥਿਤ ਇੱਕ ਨਿਰਮਾਣ ਅਧਿਨ ਕੋਠੀ ਦੇ ਵਿੱਚ ਉਸਦੀ ਮ੍ਰਿਤਕ ਦੇ ਬਰਾਮਦ ਹੋਈ ਹੈ। ਚੋਣ ਕਮਿਸ਼ਨ ਦੇ ਵੱਲੋਂ ਵੈਕਸੀਨ ਦੇ ਦਸਤਾਵੇਜ਼ਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹਟਾਉਣ ਦੇ ਆਦੇਸ਼ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਕੁਝ ਦਿਨ ਪਹਿਲਾਂ ਹੀ ਕਰੋਨਾ ਵੈਕਸੀਨ ਲਗਵਾਈ ਸੀ ਤੇ ਇਸ ਵਿਚਾਲੇ ਚੋਣ ਕਮਿਸ਼ਨ ਦੀਆਂ ਟੀਮਾਂ ਚੋਣ ਕਮਿਸ਼ਨ ਨੇ ਟੀਮਾਂ ਦੇ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਨੂੰ ਉਹਨਾਂ ਰਾਜਾਂ ਤੋਂ ਹਟਾਉਣ ਦੇ ਦੇਸ਼ ਦਿੱਤੇ ਹਨ ਜਿੱਥੇ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਚੋਣਾਂ ਹਨ ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਆ ਚੋਣ ਕਮਿਸ਼ਨ ਦੇ ਅਨੁਸਾਰ ਜਿਨ੍ਹਾਂ ਰਾਜਾਂ ਦੇ ਵਿੱਚ ਚੋਣ ਜਾਬਤਾ ਲਾਗੂ ਹੁੰਦਾ ਉੱਥੇ ਕੋਵਿਡ ਟੀਕੇ ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਦੱਸ ਦਈਏ ਕਿ ਤ੍ਰੇਣ ਮੂਲ ਕਾਂਗਰਸ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ ਦੋਸਤੋ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਬਿਗ ਬ੍ਰੇਕਿੰਗ ਨਿਊਜ਼ਾ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ਤੇ ਸੁਖਬੀਰ ਬਾਦਲ ਅਤੇ ਬੀਬੀ ਬਾਦਲ ਦੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਪਠਾਨਕੋਟ ਦੇ ਵਿੱਚ ਦੇਰ ਰਾਤ 6 ਦੁਕਾਨਾਂ ਚੋਂ ਇੱਕੋ ਸਮੇਂ ਹੋਈ ਚੋਰੀ ਲੱਖਾਂ ਰੁਪਏ ਦੀ ਨਕਦੀ ਲੈ ਕੇ ਚੋਰਰ ਹੋਏ ਫਰਾਰ ਚੋਣ ਚੋਣਾ ਖਤਮ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਦਾ ਅਮਲਾ ਆਪਣੀ ਥਕਾਵਟ ਦੂਰ ਕਰਨ ਦੇ ਵਿੱਚ ਰੁੱਝਾ ਪ੍ਰਤੀਤ ਹੁੰਦਾ ਹੈ ਇਸ ਦੇ ਲਈ ਇਹ ਕਿਹਾ ਜਾ ਸਕਦਾ ਕਿਉਂਕਿ ਬੀਤੀ ਰਾਤ ਪਠਾਨਕੋਟ ਸ਼ਹਿਰ ਦੇ ਅੰਦਰ ਕੇਂਦਰ ਦੇ ਗਾਂਧੀ ਚੌਂਕ ਦੇ ਵਿਚਕਾਰ ਜੋ ਸਿਰਫ ਥਾਣੇ ਤੋਂ 100 ਮੀਟਰ ਦੀ ਦੂਰੀ ਤੇ ਹੈ ਉੱਤੇ ਚੋਰਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਛੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰ ਦੁਕਾਨਾਂ ਦੇ ਵਿੱਚ ਦਾਖਲ ਹੋ ਗਏ ਦੁਕਾਨਾਂ ਦੇ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਜਦ ਕਿ ਚੋਰਾਂ ਨੇ ਦੁਕਾਨਾਂ ਦੇ ਵਿੱਚ ਪਈ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਇਆ ਅਜਿਹੀ ਹੀ ਇੱਕ ਘਟਨਾ ਸ਼ਹਿਰ ਤੰਗੂੜਤ ਵਿੱਚ ਦੇਖਣ ਨੂੰ ਮਿਲੀ ਜਿੱਥੇ ਚੋਰਾ ਨੇ ਮਣੀਹਾਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸ਼ਟਰ ਚੋਰ ਤੋੜ ਕੇ ਸਿਰਫ ਨਗਦੀ ਲੈ ਕੇ ਫਰਾਰ ਹੋਏ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਮੌਕੇ ਤੇ ਪਹੁੰਚੇ ਤੇ ਸੂਬੇ ਦੇ ਵਿੱਚ ਆਮਨ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਤਪਸੀ ਪੰਨੂ ਨੇ ਆਪਣੇ ਘਰ ਚੋਂ ਹੋਈ ਵਿਭਾਗ ਦੀ ਛਾਪੇਮਾਰੀ ਤੇ ਤੋੜੀ ਚੁੱਪੀ ਕਿਹਾ ਇਨਕਮ ਟੈਕਸ ਵਿਭਾਗ ਨੇ ਹਾਲੀ ਦੇ ਵਿੱਚ ਤਪਸੀ ਪੰਨੂ ਅਨੁਰਾਗ ਕਸ਼ਵ ਦੀ ਰਹਿਸ਼ਤੇ ਛਾਪੇਮਾਰੀ ਕੀਤੀ ਇਸ ਦੇ ਨਾਲ ਖਬਰ ਹੈ ਕਿ ਅਧਿਕਾਰੀਆਂ ਨੇ ਵਕ ਵਕਤਾਂਵਾਂ ਤੇ ਲਾਚੀ ਦੇ ਦੌਰਾਨ ਆਮਦਨੀ ਦੇ ਅੰ ਵਿੱਚ ਅੰਤਰ ਅਤੇ ਹਿਰਾਫਰੀ ਪਾਈ ਉਸ ਦੇ ਲਈ ਇਹ ਵੀ ਖੁਲਾਸਾ ਕੀਤਾ ਕਿ ਅਸਲ ਬਾਕਸ ਆਫੀ ਕਲੈਕਸ਼ਨ ਦੇ ਮੁਕਾਬਲੇ ਆਮਦਨ ਦਾ ਬਹੁਤ ਵੱਡਾ ਹਿੱਸਾ ਸੀ ਤਾਪਸੀ ਨੇ ਹੁਣ ਪਹਿਲੀ ਵਾਰ ਆਈਟੀ ਦੇ ਛਾਪਿਆਂ ਪ੍ਰਤੀ ਆਪਣਾ ਪ੍ਰਤੀਕਰਮ ਦਿੱਤਾ ਹੈ ਸ਼ਨੀਵਾਰ ਨੂੰ ਸਵੇਰੇ ਐਕਟਰਸ ਨੇ ਲਗਾਤਾਰ ਤਿੰਨ ਟਵੀਟ ਸ਼ੇਅਰ ਕੀਤੇ ਜਿਸ ਵਿੱਚ ਉਸਨੇ ਦੱਸਿਆ ਹੈ ਕਿ ਆਈਟੀ ਵਿਭਾਗ ਤਿੰਨ ਚੀਜ਼ਾਂ ਦੀ ਭਾਲ ਕਰ ਰਹੇ ਹਨ ਆਖਿਲੇਸ਼ ਜਾਦਵ ਦਾ ਮੋਦੀ ਸਰਕਾਰ ਤੇ ਤੰਜ ਕਿਹਾ ਹੰਕਾਰ ਨੇ ਦਿੱਲੀ ਦੇ ਸ਼ਾਸਕਾਂ ਨੂੰ ਅੰਨ੍ਹਾ ਤੇ ਬੂਲਾ ਕਰ ਦਿੱਤਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਜਾਦਵ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੱਤਾ ਦੇ ਹੰਕਾਰ ਨੇ ਦਿੱਲੀ ਦੇ ਵਿੱਚ ਬੈਠੇ ਸ਼ਾਸਕਾਂ ਨੂੰ ਅੰਨ੍ਹੇ ਅਤੇ ਬੂਲੇ ਬਣਾ ਦਿੱਤਾ ਉਹਨਾਂ ਨੇ ਦੇਸ਼ ਦੇ ਲੱਖਾਂ ਕਿਸਾਨਾਂ ਦੇ ਦੁੱਖ ਦਾ ਕੋਈ ਸਮਝ ਨਹੀਂ ਆ ਤੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਤਪਲਾਂ ਦੀ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਜਾਦਵ ਨੇ ਕਿਹਾ ਕਿ ਅੰਦੋਲਨ ਦੌਰਾਨ ਪੌਣੇ 300 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪਰ ਮੋਦੀ ਸਰਕਾਰ ਅਜੇ ਵੀ ਆਪਣਾ ਕਿਸਾਨਾਂ ਦੇ ਨਾਲ ਅਜੇਹਾ ਵਿਵਾਰ ਕਰ ਰਹੀ ਹੈ ਜਿਵੇਂ ਉਹ ਦੇਸ਼ ਦੀਆਂ ਸਰਹੱਦਾਂ ਦੇ ਖੜੇ ਦੁਸ਼ਮਣ ਹੋਣ। 1 April ਤੋਂ ਸ਼ੁਰੂ ਹੋਵੇਗੀ ਸਰਲ ਪੈਨਸ਼ਨ ਯੋਜਨਾ ਇਸ ਦੇ ਲਾਭ ਤੁਹਾਨੂੰ ਦੱਸਦੇ ਹਾਂ ਜੀ ਬੀਮਾ ਰੈਗੂਲੇਟਰੀ IRDA ਦੇ ਦੇਸ਼ ਦੀਆਂ ਬੀਮਾ ਕੰਪਨੀਆਂ ਨੂੰ ਸਰਲ ਪੈਨਸ਼ਨ ਯੋਜਨਾ ਸ਼ੁਰੂ ਕਰਨ ਲਈ ਕਿਹਾ ਇਹ ਯੋਜਨਾ 1 April ਤੋਂ ਸ਼ੁਰੂ ਹੋਵੇਗੀ ਇਸ ਨਿਯਮ ਦੀ ਸ਼ਰਤ ਬਹੁਤ ਸਰਲ ਹਨ ਸਪਸ਼ਟ ਤੇ ਅਲੱਗ-ਅਲੱਗ ਸੇਵਾਾਂ ਪਰਦਾਤਾ ਕੰਪਨੀਆਂ ਦੇ ਇੱਕ ਸਮਾਨ ਹੋਣਗੇ ਪਾਵ ਗਾ ਕਿਸੇ ਵੀ ਕੰਪਨੀ ਤੋਂ ਸੈਲਰੀ ਪੈਨਸ਼ਨ ਯੋਜਨਾ ਦਾ ਲਾਭ ਲੈਣ ਤੇ ਉਹਨਾਂ ਨੂੰ ਇੱਕੋ ਜਿਹੀਆਂ ਸ਼ਰਤਾਂ ਮਿਲਣਗੀਆਂ ਕਿਸੇ ਵੀ ਪੈਨਸ਼ਨ ਪਲਾਉਣ ਦੇ ਜਮਾ ਦੇ ਬਦਲੇ ਕੰਪਨੀਆਂ ਜੋ ਸਲਾਨਾ ਰਾਸ਼ੀ ਦੇਣ ਦਾ ਵਾਅਦਾ ਕਰਦੀਆਂ ਹਨ ਉਹ ਰਾਸ਼ੀ ਨੂੰ ਦੋ ਅਨੁਵਰਤੀ ਜਾਂ ਸਲਾਨਾ ਦੇਣ ਦੇ ਲਈ ਕਿਹਾ ਜਾਂਦਾ ਹੈ ਚੋਣ ਦੀ ਮਿਆਦ ਮਹੀਨਾਵਾਰ ਤਿਮਾਹੀ ਸ਼ਮਾਹੀ ਜਾਂ ਸਲਾਨਾ ਦੇ ਆਧਾਰ ਤੇ ਕਰਨ ਦਾ ਵਿਕਲਪ ਹੁੰਦਾ ਰਿਟਾਇਰਮੈਂਟ ਤੋਂ ਬਾਅਦ ਨਿਯਮਤ ਆਮਦਨ ਦੇ ਰੂਪ ਵਿੱਚ ਪੈਨਸ਼ਨ ਦਾ ਪਲਾਨ ਤਹਿਤ ਇਹ ਸਹੂਬਦਾ ਮਿਲਦੀ ਹੈ ਪਤਨੀ ਸਿਰਫ ਪਤਨੀ ਤੇ ਬੱਚੇ ਨਹੀਂ ਮਾਪੇ ਵੀ ਹਨ بیٹے ਦੀ ਕਮਾਈ ਦੇ ਵਿੱਚੋਂ ਹਿੱਸੇਦਾਰ ਕੋਰਟ ਦਿੱਲੀ ਦੀ 30 ਹਜ਼ਾਰੀ ਕੋਰਟ ਨੇ ਇੱਕ ਮੈਨੇਜਮੈਂਟ ਕੇਸ ਦੇ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਦੀ ਆਮਦਨ ਦੇ ਵਿੱਚ ਉਸ ਦੀ ਪਤਨੀ ਅਤੇ ਬੱਚੇ ਹੀ ਹੱਕਦਾਰ ਨਹੀਂ ਬਲਕਿ ਉਸ ਦੇ ਬਜ਼ੁਰਗ ਮਾਪੇ ਵੀ ਬਰਾਬਰ ਦੇ ਹੱਕਦਾਰ ਹਨ 30 ਹਜ਼ਾਰੀ ਬੇਸਡ ਪ੍ਰਿੰਸੀਪਲ ਜ਼ਿਲ੍ਹਾ ਤੇ ਜ਼ਿਲ੍ਹੇ ਅਤੇ ਸੈਸ਼ਨ ਜੱਜ ਗਰੀਸ਼ ਕਤਪਾਲੀਆ ਨੇ ਪਟੀਸ਼ਨਕਰਤਾ ਨੂੰ ਆਪਣੇ ਪਤੀ ਦੀ ਆਮਦਨ ਦਾ ਸਬੂਤ ਪੇਸ਼ ਕਰਨ ਦੇ ਲਈ ਕਿ ਔਰਤ ਨੇ ਸਬੂਤ ਪੇਸ਼ ਕਰਦਿਆਂ ਕਿਹਾ ਹੈ ਕਿ ਉਸਦੇ ਪਤੀ ਦੀ ਆਮਦਨ 50000 ਰੁਪਏ ਤੋਂ ਉੱਪਰ ਹੈ ਪਰ ਉਸ ਨੂੰ ਉਸ ਨੂੰ ਤੇ ਉਸਦੇ ਬੱਚਾ ਨੂੰ ਸਿਰਫ 10000 ਰੁਪਏ ਮਿਲਦੇ ਹਨ ਅਦਾਲਤ ਨੇ ਸਿਕਿਉਰਿਟੀ ਅਫਸਰ ਨੂੰ ਪਤੀ ਦੇ ਵੱਲੋਂ ਦਿੱਤੇ ਐਫੀਡੇਵਿਟ ਤੇ ਰਿਪੋਰਟ ਪੇਸ਼ ਕਰਨ ਦੇ ਲਈ ਕਿ ਆ ਰਿਪੋਰਟ ਦੇ ਮੁਤਾਬਕ ਇਨਮ ਟੈਕਸ ਦੇ ਮੁਤਾਬਕ ਉਸਦੀ ਮਹੀਨੇਵਾਰ ਆਮਦਨ ਸਿਰਫ 37000 ਰੁਪਏ ਹੈ ਵਿਅਕਤੀ ਇਸ ਦੇ ਵਿੱਚ ਉਹ ਬਿਮਾਰੀ ਦੌਰਾਨ ਇਲਾਜ ਦਾ ਖਰਚਾ ਆਪਣੇ ਪਰਿਵਾਰ ਅਤੇ ਮਾਪਿਆਂ ਦੇ ਰਹਿਣ ਦਾ ਖਰਚਾ ਚੱਕਦਾ ਹੈ ਅਦਾਲਤ ਨੇ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਵਿਅਕਤੀ ਦੀ ਆਮਦਨ ਨੂੰ 6 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਕੁੱਲ ਆਮਦਨ ਦੇ 2 ਹਿੱਸੇ ਵਿਅਕਤੀ ਖੁਦ ਰੱਖੇਗਾ ਬਾਕੀ 4 ਹਿੱਸਿਆਂ ਦੇ ਵਿੱਚ ਪਤੀ ਪਤਨੀ ਬੇਟਾ ਮਾਤਾ ਪਿਤਾ ਦਾ ਬਰਾਬਰ ਹੱਕ ਹੋਵੇਗਾ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਖੇਤੀ ਕਾਨੂੰਨਾ ਖਿਲਾਫ ਕਿਸਾਨਾਂ ਨੇ ਭਾਜਪਾ ਦੇ ਤਿੰਨ ਵੱਡੇ ਨੇਤਾਵਾਂ ਸਾੰਪਲਾ ਸ਼ਵੇਤ ਮਲਕ ਤੇ ਜੋਸ਼ੀ ਦਾ ਕੀਤਾ ਘਰਾਓ ਕਿਸਾਨਾਂ ਦਾ ਗੁੱਸਾ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਵਧਦਾ ਜਾ ਰਿਹਾ ਜਿਸ ਦਾ ਸ਼ਿਕਾਰ ਭਾਜਪਾ ਨੇਤਾ ਲਗਾਤਾਰ ਹੋ ਰਹੇ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਇੱਕੋ ਦਿਨ ਦੇ ਵਿੱਚ ਭਾਜਪਾ ਦੇ ਤਿੰਨ ਵੱਡੇ ਨੇਤਾਵਾਂ ਨੂੰ ਘੇਰ ਲਿਆ ਨੈਸ਼ਨਲ ਐਸਡੀ ਕਮਿਸ਼ਨ ਦੇ ਚੇਅਰਮੈਨ ਬਣਨ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਜਦੋਂ ਪਹਿਲੀ ਵਾਰ ਅਮਰਤਸਰ ਪਹੁੰਚੇ ਵਿਜੇ ਸਾਂਪਲਾਂ ਨੂੰ ਰਾਮਦੀਰ ਸਾਹਿਬ ਤੇ ਫਿਰ ਦਰਬਾਰ ਸਾਹਿਬ ਵਿਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਰਾਜ ਸਭਾ ਦੇ ਮੈਂਬਰ ਡੀ ਆਰ ਅਮਰਜੇਸ਼ਾ ਅਕਰਵਾਲਾ ਤੇ ਹੋਰ ਅਧਿਕਾਰੀਆਂ ਦੇ ਨਾਲ ਰੇਲਵੇ ਸਟੇਸ਼ਨ ਤੇ ਮੁਲਾਕਾਤ ਕਰਦਿਆਂ ਸ਼ਵੇਤ ਮਲਕ ਦੇ ਖਿਲਾਫ ਨਾ ਕਰਨ ਦੇ ਲਈ ਕਿਸਾਨ ਸਟੇਸ਼ਨ ਸੁਪਰੀਡੈਂਟ ਦੇ ਦਫ਼ਤਰ ਪਹੁੰਚ ਗਏ ਜਦੋਂ ਵਿਧਾਨ ਸਭਾ ਦੇ ਵਿੱਚ ਆਪਣੇ ਹੀ ਵਿਧਾਇਕਾਂ ਦੇ ਸਵਾਲਾਂ ਦੀ ਵਿੱਚ ਰੀ ਕੈਪਟਨ ਸਰਕਾਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪੰਜਵਾਂ ਦਿਨ ਪਰਿਸ਼ਣ ਕਾਲ ਦੇ ਸਮੇਂ ਉਸ ਸਮੇਂ ਅਜੀਬ ਜਿਹੜਾ ਮਾਹੌਲ ਪੈਦਾ ਹੋ ਗਿਆ ਜਦੋਂ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਕੋਆਪਰੇਟਿਵ 슈ਗਰ ਮਿਲ ਜੀਰਾ ਦੇ ਨਾਲ ਜੁੜਿਆ ਮਾਮਲਾ ਚੁੱਕਦਿਆਂ ਸਰਕਾਰ ਨੂੰ ਪੁਰਾਣੇ ਬਾਦਲ ਸਰਕਾਰ ਦੀ ਰਾਹ ਤੇ ਨਾ ਚੱਲਣ ਦੀ ਸਲਾਹ ਦਿੰਦਾ ਕਿ ਹੈ ਕਿ ਸੰਭਾਲ ਸੰਭਲ ਜਾਣ ਦੀ ਨਸੀਹਤ ਦਿੱਤੀ ਜੀਰਾ ਨੇ ਸਵਾਲ ਕੀਤਾ ਕਿ 슈ਗਰ ਮਿੱਲ ਜੀਰਾ ਦੇ ਬੰਦ ਹੋਣ ਦੇ ਕਾਰਨ ਹਨ ਅਤੇ ਇਹ ਕਦੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਜੇਕਰ 슈ਗਰ ਮਿੱਲ ਚਲਾਉਣ ਦੀ ਸੰਭਾਵਨਾ ਨਹੀਂ ਤਾਂ ਸਰਕਾਰ ਇਸ ਦੀ 101 ਜਮੀਨ 101 ਏਕੜ ਜਮੀਨ ਕਿਸੇ ਹੋਰ ਉਦਯੋਗ ਨੂੰ ਪ੍ਰਦਾਨ ਕਰਨ ਤੇ ਵਿਚਾਰ ਕਰ ਰਹੀ ਹੈ। ਅਗਲੀ ਵੱਡੀ ਖਬਰਾਂ ਦੀ ਸੁਪਰੀਮ ਕੋਰਟ ਨੇ ਕਿਹਾ ਕੰਪਿਊਟਰ ਯੁੱਗ ਚੋਂ ਅਸੀਂ ਹਾਈ ਕੋਰਟਾਂ ਦੇ ਕੱਟ ਕਾਪੀ ਪੇਸਟ ਤੋਂ ਹਾ ਪਰੇਸ਼ਾਨ ਸਪਰੀਮ ਕੋਰਟ ਨੇ ਕਿਹਾ ਕਿ ਕੰਪਿਊਟਰ ਯੋਗ ਦੇ ਵਿੱਚ ਉਹ ਹਾਈ ਕੋਰਟਾਂ ਵੱਲੋਂ ਕੀਤੇ ਜਾ ਰਹੇ ਕੱਟ ਕਾਪੀ ਪੇਸਟ ਦੇ ਕੰਮਾਂ ਤੋਂ ਪਰੇਸ਼ਾਨ ਹਨ ਜੋ ਆਪਣੇ ਹੁਕਮਾਂ ਦੇ ਵਿੱਚ ਆਪਣੇ ਆਜ਼ਾਦ ਦਿਮਾਗ ਦੀ ਵਰਤੋਂ ਨਹੀਂ ਕਰਦੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਾਨਿਆਂ ਚ ਹੋਏ ਬੰਬ ਬਲਾਸਟ ਦੇ ਵਿੱਚ 6 ਭਾਜਪਾ ਵਰਕਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਦੀ ਤਰੀਕ ਜਿਵੇਂ ਹੀ ਨੇੜੇ ਆ ਰਹੀ ਹੈ ਰਾਜ ਦੇ ਵਿੱਚ ਚੋਣ ਲੈਰ ਤੇਜ ਹੋ ਰਹੀ ਹੈ ਤੇ ਇਸੇ ਦੌਰਾਨ ਪੱਛਮੀ ਬੰਗਾਲ ਦੇ ਵਿੱਚ ਹਿੰਸਾਵਾਂ ਦੀਆਂ ਘਟਨਾਵਾਂ ਵੀ ਵਧ ਰਹੀਆਂ ਨੇ ਬੀਤੀ ਰਾਤ ਪੱਛਮੀ ਬੰਗਾਲ ਦੇ ਦੱਖਣੀ ਚੋਵਾ ਪ੍ਰਗਣਾ ਜ਼ਿਲ੍ਹੇ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਜਿਸ ਵਿੱਚ ਭਾਜਪਾ ਦੇ 6 ਵਰਕਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੁਹਾਨੂੰ ਦੱਸ ਦਈਏ ਇਸ ਬੰਬ ਧਮਾਕੇ ਚ ਸ਼ੁੱਕਰਵਾਰ ਦੇਰ ਰਾਤ ਦੱਖਣੀ 24 ਪ੍ਰਗਨਿਆਂ ਦੇ ਪਿੰਡ ਰਾਮਪੁਰ ਵਿੱਚ ਹੋਇਆ 6 ਭਾਜਪਾ ਵਰਕਰ ਜਿਨ੍ਹਾਂ ਨੂੰ ਜਲਦੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਉਹ ਸਾਰੇ ਜੇਰੇ ਇਲਾਜ ਹਨ